ਗੁੱਡ ਮਾਰਨਿੰਗ ਸਟੂਡੈਂਟਸ ਆਈ ਐਮ ਮੋਹਿਨੀ ਯੂਅਰ ਈਵੀਐਸ ਟੀਚਰ ਫਰੋਮ ਬੱਬਾ ਕਿਸ਼ਨਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਲਾਣਾ ਡਿਸਟ੍ਰਿਕਟ ਫਤੇਗੜ ਸਾਹਿਬ ਟੂਡੇ ਟਾਪਿਕ ਆ ਮੀਨਸ ਆਫ ਟਰਾਂਸਪੋਰਟ ਵੀ ਗੋ ਫਰੋਮ ਵਨ ਪਲੇਸ ਟੂ ਅਨਦਰ ਬਾਈ ਡਿਫਰੈਂਟ ਵਹੀਕਲਸ ਅਸੀਂ ਵੱਖ-ਵੱਖ ਵਾਹਨਾਂ ਰਾਹੀਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਹਾਂ ਥੀਸ ਵਹੀਕਲਸ ਆਰ ਕਾਲਡ ਮੀਨ ਆਫ ਟਰਾਂਸਪੋਰਟ ਇਨਾ ਵਾਹਨਾਂ ਨੂੰ ਅਸੀਂ ਆਵਾਜਾਈ ਦੇ ਸਾਧਨ ਕਹਿੰਦੇ ਹਾਂ ਦੇਅਰ ਆਰ 3 ਟਾਈਪਸ ਆਫ ਟ੍ਰਾਂਸਪੋਰਟ ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ਫਸਟ ਲੈਂਡ ਟ੍ਰਾਂਸਪੋਰਟ ਸੈਕੰਡ ਵਾਟਰ ਟ੍ਰਾਂਸਪੋਰਟ ਥਰਡ 에ਅਰ ਟ੍ਰਾਂਸਪੋਰਟ ਫਸਟ ਲੈਂਡ ਟ੍ਰਾਂਸਪੋਰਟ ਦੋਸ ਮੀਨਸ ਆਫ ਟ੍ਰਾਂਸਪੋਰਟ ਥੈਟ ਰਨ ਔਨ ਰੇਲਸ ਐਂਡ ਰੋਡਸ ਆਰ ਕਾਲਡ ਲੈਂਡ ਟ੍ਰਾਂਸਪੋਰਟ ਆਵਾਜਾਈ ਦੇ ਜਿਹੜੇ ਸਾਧਨ ਰੇਲਾਂ ਅਤੇ ਸੜਕਾਂ ਤੇ ਚੱਲਦੇ ਹਨ ਉਹਨਾਂ ਨੂੰ ਜ਼ਮੀਨੀ ਸਾਧਨ ਕਿਹਾ ਜਾਂਦਾ ਹੈ ਕਾਰ ਸਕੂਟਰ ਬੱਸ ਆਰ ਲੈਂਡ ਟਰਾਂਸਪੋਰਟ ਕਾਰ ਸਕੂਟਰ ਬੱਸ ਆਰ ਲੈਂਡ ਟਰਾਂਸਪੋਰਟ ਇਹ ਆਪਣੇ ਲੈਂਡ ਟਰਾਂਸਪੋਰਟ ਨੇ ਸੈਕੰਡ ਵਾਟਰ ਟਰਾਂਸਪੋਰਟ ਦੋਜ਼ मींस ਆਫ ਟਰਾਂਸਪੋਰਟ ਦੈਟ ਮੂਵ ਔਨ ਵਾਟਰ ਆਰ ਨਾਉ ਐਸ ਵਾਟਰ ਟਰਾਂਸਪੋਰਟ ਆਵਾਜਾਈ ਦੇ ਉਹ ਸਾਧਨ ਜੋ ਪਾਣੀ ਤੇ ਚੱਲਦੇ ਹਨ ਉਹਨਾਂ ਨੂੰ ਜਲ ਆਵਾਜਾਈ ਕਿਹਾ ਜਾਂਦਾ ਹੈ ਸ਼ਿਪ ਵੋਟ ਯਾਟ ਆ ਵਾਟਰ ਟਰਾਂਸਪੋਰਟ ਜਹਾਜ਼ ਕਿਸ਼ਤੀ ਯਾਟ ਪਾਣੀ ਦੇ ਆਵਾਜਾਈ ਸਾਧਨ ਹਨ 에어 ਟਰਾਂਸਪੋਰਟ ਹਵਾਈ ਆਵਾਜਾਈ ਦੋ ਜ਼ਮੀਨਸ ਆਫ ਟਰਾਂਸਪੋਰਟ ਦੈਟ ਫਲਾਈ ਇਨ 에ਅਰ ਆਰ ਨਾਓ ਐਸ 에어 ਟਰਾਂਸਪੋਰਟ ਆਵਾਜਾਈ ਦੇ ਉਹ ਸਾਧਨ ਜੋ ਹਵਾ ਵਿੱਚ ਉੱਡਦੇ ਹਨ ਉਹਨਾਂ ਨੂੰ ਹਵਾਈ ਆਵਾਜਾਈ ਵਜੋਂ ਜਾਣਿਆ ਜਾਂਦਾ ਹੈ ਹੈਲੀਕਾਪਟਰ 에어로ਪਲੇਨ ਐਂਡ ਰਾਕਟ ਆ ਏਅਰ ਟ੍ਰਾਂਸਪੋਰਟ ਹੈਲੀਕਾਪਟਰ ਹਵਾ ਹਵਾਈ ਜਹਾਜ਼ ਤੇ ਰਾਕੇਟ ਨੇ ਜਿਹੜੇ ਇਹ ਹਵਾਈ ਆਵਾਜਾਈ ਦੇ ਸਾਧਨ ਹਨ ਹੋਮਵਰਕ ਫਿਲ ਇਨ ਦੀ ਬਲੈਂਕਸ ਵਿਦ ਕੋਰੈਕਟ ਫ੍ਰੋਮ ਅ ਵਰਡ 기ਵਨ ਇਨ ਬ੍ਰੈਕਟ